ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣੋ 4 ਫਰਵਰੀ 1986 ਸਾਕਾ ਨਕੋਦਰ ਜੋ ਨਕੋਦਰ ਦੇ ਵਿੱਚ ਨੌਜਵਾਨਾਂ ਵੱਲੋਂ ਉਸ ਸਮੇਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਮਜ਼ਹਰਾ ਕੀਤਾ ਜਾ ਰਿਹਾ ਸੀਗਾ ਤੇ 4 ਫਰਵਰੀ 1986 ਨੂੰ ਜੋ ਚਾਰ ਨੌਜਵਾਨਾਂ ਨੂੰ ਸਰਕਾਰੀ ਸ਼ਹਿ ਦੇ ਉੱਪਰ ਮੌਜੂਦਾ ਪੁਲਿਸ ਅਧਿਕਾਰੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਸੋ ਅੱਜ ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹੀਦੀ ਦਿਹਾੜੇ ਨੂੰ ਸਜਦਾ ਕਰਦੇ ਹੋਏ ਇੰਟਰਨੈਸ਼ਨਲ ਪੰਥਕ ਦਲ ਯੂਕੇ ਦੇ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਜੀ ਢਾਡੀ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਭਾਈ ਰਗਵੀਰ ਸਿੰਘ ਜੀ ਬਾਲਸਲ ਭਾਈ ਰਗਵੀਰ ਸਿੰਘ ਜੀ ਮਾਲੜੀ ਭਾਈ ਕਪਤਾਨ ਸਿੰਘ ਜੀ ਮੁਖ ਬਲਾਰਾ ਇੰਟਰਨੈਸ਼ਨਲ ਪੰਥਕ ਦਲ ਯੂਕੇ ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਸਮੂਚੀ ਜਥੇਬੰਦੀ ਵੱਲੋਂ 4 ਫਰਵਰੀ 1986 ਦੇ ਮਹਾਨ ਸ਼ਹੀਦ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿਤਰਾਂ ਅਮਰ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ ਭਾਈ ਸ਼ਹੀਦ ਭਾਈ ਬਲਦੀਰ ਸਿੰਘ ਜੀ ਰਾਮਗੜ੍ਹ ਸ਼ਹੀਦ ਭਾਈ ਝਲਮਲ ਸਿੰਘ ਜੀ ਗੋਰਸੀਆਂ ਇਹਨਾਂ ਸਮੂਹ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ ਕੋਟ-કોટ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਉਸ ਸਮੇਂ ਰੋਸ ਕੀਤਾ ਰੋਸ ਮਜ਼ਹਾਰਾ ਕੀਤਾ ਰੋਸ ਧਰਨਾ ਦਿੱਤਾ ਔਰ ਉਸ ਸਮੇਂ ਦੀ ਸਰਕਾਰ ਦੀ ਸ਼ਹ ਦੇ ਉੱਪਰ ਸਰਜੀਤ ਸਿੰਘ ਬਰਨਾਲੇ ਦੀ ਸ਼ਹ ਦੇ ਉੱਪਰ ਉਸ ਸਮੇਂ ਪੁਲਿਸ ਦੇ ਵੱਡੇ ਅਫਸਰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਵੀ ਲੀਡਰਸ਼ਿਪ ਮਾਨਦੇ ਰਹੇ ਉਹਨਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਹਥਿਆਨੂ ਸ਼ਾਂਤੀ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਿੰਘਾਂ ਦੇ ਉੱਪਰ ਗੋਲੀ ਚਲਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜਿੰਨਾ ਦੇ ਕਾਤਲ ਅੱਜ ਵੀ ਆਜ਼ਾਦ ਘੁੰਮ ਰਹੇ ਨੇ ਸਰਕਾਰੀ ਸ਼ਹਿਾਂ ਦੇ ਉੱਪਰ ਸਰਕਾਰੀ ਤੰਤਰ ਦਾ ਅਨੇਗ ਮੰਨ ਰਹੇ ਨੇ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਕਾਤਲਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਜਿਹੜੀ ਉਹ ਨਾ ਹੋਣੀ ਇਹ ਇੱਕ ਭਾਰਤ ਸਰਕਾਰ ਦੇ ਸਿਸਟਮ ਦੇ ਉੱਪਰ ਜੁਡੀਸ਼ਲੀ ਦੇ ਉੱਪਰ ਵਿਤਬਾ ਜਿਹੜਾ ਉਹ ਲਾਉਂਦੀ ਹੈ ਸੋ ਜਿੰਨਾ ਚਿਰ ਦੁਨੀਆ ਰਹੇਗੀ ਕੌਮ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਦੀ ਰਹੇਗੀ ਕੌਮ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਜ਼ਾਦ ਕਰਦੀ ਰਹੇਗੀ ਕੌਮ ਦੇ ਵਿੱਚ ਹਮੇਸ਼ਾ ਇਨ੍ਹਾਂ ਸ਼ਹੀਦਾਂ ਦੀ ਤਰੂ ਤਾਰੇ ਵੰਗਰ ਜਿਹੜੀ ਹੈ ਉਹ ਇੱਕ ਜ਼ਾਦ ਰਹੇਗੀ ਇੱਕ ਸਥਿਰ ਜਗਾ ਰਹੇਗੀ ਸੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਤਬੀ ਦੇ ਰੋਸ ਵਜੋਂ ਉਸ ਸਮੇਂ ਸ਼ਾਂਤਮਈ ਜਿਹੜਾ ਸੀਗਾ ਉਹ ਧਰਨਾ ਦਿੱਤਾ ਅਤੇ ਸਰਕਾਰ ਦੀ ਸ਼ਹਿ ਦੇ ਉੱਪਰ ਪੁਲਿਸ ਨੇ ਗੋਲੀਆਂ ਮਾਰ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ ਸ਼ਹੀਦ ਭਾਈ ਬਲਤੇਰ ਸਿੰਘ ਜੀ ਰਾਮਗੜ੍ਹ ਸ਼ਹੀਦ ਭਾਈ ਝਲਮਲ ਸਿੰਘ ਜੀ ਗੋਰਸੀਆਂ ਇਨਾਂ ਨੂੰ ਸ਼ਹੀਦ ਕੀਤਾ ਸਮੂਹ ਸ਼ਹੀਦਾਂ ਨੂੰ ਅਸੀਂ ਇੰਟਰਨੈਸ਼ਨਲ ਪੰਥਕ ਦਲ ਯੂਕੇ ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਔਰ ਇਹ ਮਹਾਨ ਰੂਹਾਂ ਹਮੇਸ਼ਾ ਸਿੱਖ ਪੰਥ ਦੇ ਹਿਰਦਿਆਂ ਦੇ ਅੰਦਰ ਆਪਣੀ ਜਗ੍ਹਾ ਬਣਾਈ ਰੱਖਣਗੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ